ਸਬ ਇੰਸਪੈਕਟਰ ਦੇ ਪੇਪਰ ਅੱਜ ਤੋਂ ਸ਼ੁਰੂ ਹੋ ਚੁੱਕੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 17 ਤੋਂ ਲੈ ਕੇ 24 ਤਰੀਕ ਤੱਕ ਪੇਪਰ ਹੋਣੇ ਨੇ ਔਰ ਇੱਕ ਦਿਨ 'ਚ ਤਿੰਨ ਤਿੰਨ ਸ਼ਿਫਟਾਂ ਹੋਣੀਆਂ ਨੇ ਸਵੇਰੇ 9 ਤੋਂ 11 ਫਿਰ 1 ਤੋਂ 3 5 ਤੋਂ 7 ਇਸ ਤਰੀਕੇ ਨਾਲ ਪੇਪਰ ਹੋਣਗੇ ਔਰ ਹਰ ਇੱਕ ਕੈਂਡੀਡੇਟ ਦੇ ਦੋ ਦੋ ਪੇਪਰ ਹੋਣੇ ਨੇ ਕਈ ਵਾਰੀ ਤਾਂ ਕਿਸੇ ਕੈਂਡੀਡੇਟ ਨੂੰ ਮਾਰਨਿੰਗ ਪੇਪਰ ਹੈ ਤੇ ਦੂਜਾ ਈਵਨਿੰਗ ਦੇ ਵਿੱਚ ਹੈ ਇੱਕ ਪੇਪਰ ਦੁਪਹਿਰ ਨੂੰ ਹੈ ਔਰ ਇੱਕ ਪੇਪਰ ਅਗਲੇ ਦਿਨ ਹੈ ਸੋ ਇਸ ਤਰੀਕੇ ਨਾਲ ਅਲਗ-ਅਲਗ ਦਿਨ ਤੇ ਉੱਤੇ ਪੇਪਰ ਵੀ ਪਾਏ ਗਏ ਨੇ ਔਰ ਕੋਸ਼ਿਸ਼ ਕੀਤੀ ਗਈ ਹੈ ਡਿਪਾਰਟਮੈਂਟ ਵੱਲੋਂ ਕਿ ਥੋੜੀ ਟਰਾਂਸਪੇਰੈਂਸੀ ਮੇਨਟੇਨ ਕਰਨ ਦੀ ਅੱਛੀ ਤਰ੍ਹਾਂ ਟਰਾਂਸਪੇਰੈਂਸੀ ਮੇਨਟੇਨ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਔਰ ਇਹ ਪੇਪਰ TCS ਲੈ ਰਹੇ ਹਨ ਸੋ TCS ਦੇ ਪੇਪਰ ਆਨਲਾਈਨ ਹੁੰਦੇ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਇਸ ਕਰਕੇ ਸਾਰੇ ਕੈਂਡੀਡੇਟਸ ਨੂੰ ਆਨਲਾਈਨ ਦੀ ਚੰਗੀ ਤਰ੍ਹਾਂ ਕਿਰਨ ਨਾਲ ਪ੍ਰੈਕਟਿਸ ਵੀ ਕਰਨੀ ਚਾਹੀਦੀ ਹੈ ਕਿਉਂਕਿ ਸਾਨੂੰ ਆਮ ਤੌਰ ਤੇ ਆਫਲਾਈਨ ਦੇ ਵਿੱਚ ਹੀ ਪੇਪਰ ਕਰਕੇ ਵੀ ਮਜ਼ਾ ਆਉਂਦਾ ਔਰ ਤਿਆਰੀ ਵੀ ਅਸੀਂ ਉਸੇ ਦੀ ਕੀਤੀ ਹੁੰਦੀ ਹੈ ਪਰ ਜਦੋਂ ਬਟਨ ਦੱਬਨੇ ਹੁੰਦੇ ਨੇ ਤੇ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ ਇਸ ਕਰਕੇ ਜ਼ਰੂਰ ਆਨਲਾਈਨ ਪੇਪਰ ਅਸੀਂ ਵੀ ਮੌਕ ਟੈਸਟ ਸੀਰੀਜ਼ ਪਾਈ ਹੋਈ ਹੈ ਆਨਲਾਈਨ ਪੇਪਰ ਅਟੈਂਪਟ ਕਰੋ ਔਰ ਲਾਸਟ ਵਿੱਚ ਜਾ ਕੇ ਸਬਮਿਟ ਕਰਨਾ ਹੁੰਦਾ ਪੇਪਰ ਉਸ ਚੀਜ਼ ਨੂੰ ਕਿਤੇ ਨਾ ਭੁੱਲ ਜਾਇਓ ਅਦਰਵਾਈਜ਼ ਸਾਰਾ ਕੀਤਾ ਖਰਾਆ ਪੇਪਰ ਜਿਹੜਾ ਤੁਹਾਡਾ ਵਿੱਚ ਰਹਿਦਾ ਆਏਗਾ ਸੋ ਅਸੀਂ ਇਹ ਵੀ ਦੇਖੀਏ ਹੁਣ ਕਿ ਅੱਜ ਦੇ ਪੇਪਰ ਦੇ ਵਿੱਚ ਕੀ ਆਇਆ ਤੁਹਾਨੂੰ ਸਾਰਿਆਂ ਨੂੰ ਇਹ ਉਤਸੁਪਤਾ ਹੋਏਗੀ ਜਾਣਨ ਵਾਸਤੇ ਕਿ ਆ ਕੀ ਰਿਹਾ ਹੈ ਪੇਪਰ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੇਪਰ 1 ਦੇ ਵਿੱਚ ਕਿਹੜੀ-ਕਿਹੜੀ ਚੀਜ਼ਾਂ ਆ ਰਹੀਆਂ ਨੇ ਫਸਟ ਇਜ਼ ਕੁਆਂਟ ਆ ਰਿਹਾ ਔਰ ਉਸ ਤੋਂ ਬਾਅਦ ਸਾਡੇ ਜੀਐਸ ਆ ਰਹੀ ਹੈ ਔਰ ਤੀਜਾ ਜਿਹੜਾ ਇਹਦਾ ਪਾਰਟ ਹੈ दैट ਇਜ਼ ਪੰਜਾਬੀ ਸੋ ਇਹ ਸਾਡਾ ਅੱਜ ਦਾ ਸਿਲੇਬਸ ਹੈ ਪੇਪਰ ਦਾ और अस देख रहे हैं कि क्वांट के क्वेश्चन वे एल सच सी एफ़ के दो क्वेश्चन आए हैं एल सी एम एच सी एफ़ के दो क्वेश्चन आए हैं फिर उस तो बाद टाइम एंड वर्क का एक क्वेश्चन आया स्पीड टाइम डिस्टेंस एंड जरा जो एक ही क्वेश्चन आया टाइम स्पीड एंड डिस्टेंस का क्वेश्चन एक, एक एक आया हो फिर उसके बाद मैनस्यूरेशन मैनस्यूरेशन के पांच छे क्वेश्चन आए हैं दैट मीनस इस चीज़ की चंकी तरह तैयारी कर लो फॉरमूले वगैरह चंकी तरह रट लो ਕਿਉਂਕਿ ਇਹਦੇ 5-6 ਕੁਐਸਚਨ ਜਿਹੜੇ ਸੀ ਪੇਪਰ ਦੇ ਵਿੱਚ ਆਏ ਨੇ ਸਿੰਪਲੀਫਿਕੇਸ਼ਨ ਆਲਸੋ ਇਹਦੇ ਵੀ 5-6 ਕੁਐਸਚਨ ਆਏ ਨੇ ਔਰ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਇਹ ਹੁੰਦੀ ਹੈ ਕਿ ਤੁਹਾਨੂੰ ਸਿੰਪਲੀਫਿਕੇਸ਼ਨ ਆਉਣੀ ਚਾਹੀਦੀ ਹੈ 멘ਟਲ ਮੈਥਸ ਆਉਣਾ ਚਾਹੀਦਾ ਫਿਰ ਔਰ ਖਾਸ ਤੌਰ ਤੇ ਕੱਲ ਹੀ ਇੱਕ ਵੀਡੀਓ ਪਾਈ ਸੀ ਬਾਡਮਾਸ ਦੇ ਉੱਤੇ ਔਰ ਬਾਡਮਾਸ ਦੇ ਕੁਐਸਚਨ ਬਹੁਤ ਸਾਰੇ ਆਏ ਨੇ ਬਾਡਮਾਸ ਦੁਬਾਰਾ ਕਹਿ ਰਿਹਾ ਮੈਂ ਕਿ ਕੱਲ ਅਸੀਂ ਇੱਕ ਵੀਡੀਓ ਪਾਈ ਸੀ ਬੋਡਮਾਸ ਦੇ ਉੱਤੇ ਸੋ ਬੋਡਮਾਸ ਦੇ ਕੁਸ਼ਚਨ ਬਹੁਤ ਸਾਰੇ ਆਏ ਨੇ ਤੇ ਬੋਡਮਾਸ ਦੇ ਕੁਸ਼ਚਨ ਨੂੰ ਇੱਕ ਵਾਰ ਦੁਬਾਰਾ ਦੇਖ ਲਓ ਕਿਉਂਕਿ ਆਮ ਤੌਰ ਤੇ ਉੱਥੇ ਬਹੁਤ ਜਲਦੀ ਗਲਤੀ ਹੋ ਜਾਂਦੀ ਹੈ ਫਿਰ ਪ੍ਰੋਫਿਟ ਐਂਡ ਲਾਸ ਪ੍ਰੋਫਿਟ ਐਂਡ ਲਾਸ ਇਸ ਦੇ ਇੱਕ ਦੋ ਕੁਸ਼ਚਨ ਆਏ ਨੇ ਫਿਰ ਸਿੰਪਲ ਇੰਟਰਸਟ ਐਂਡ ਕੰਪਾਊਂਡ ਇੰਟਰਸਟ ਇਹਦੇ ਵੀ ਇੱਕ ਇੱਕ ਕੁਸ਼ਚਨ ਇਹਨਾਂ ਦੇ ਵਿੱਚੋਂ ਵੀ ਆਇਆ ਹੈ ਫਿਰ ਟ੍ਰਿਗਨੋਮੈਟਰੀ ਦੇ ਵਿੱਚੋਂ ਵੀ ਕੁਸ਼ਚਨ ਆਇਆ ਹੈ ਟ੍ਰਿਗਨੋਮੈਟਰੀ ਦੇ ਵਿੱਚੋਂ ਵੀ ਕੁਸ਼ਚਨ ਆਇਆ ਹੈ ਸੋ so that means ਕਾਫਾ ਕਾਫੀ ਕੰਪਰੀਹੈਂਸਿਵ ਪੇਪਰ ਪਾਇਆ ਗਿਆ ਹੈ ਪਰ ਪੇਪਰ ਓਵਰਆਲ ਜਿਹੜਾ ਸੀਗਾ ਇਹ ਵੀ ਕੋਈ ਬਹੁਤਾ ਔਖਾ ਨਹੀਂ ਸੀਗਾ ਔਰ ਅਟੈਂਪਟੇਬਲ ਪੇਪਰ ਸੀਗਾ ਥੋੜਾ ਹੈ ਜਦੋਂ GS ਦੇਖਦੇ ਆ ਅਸੀਂ ਤਾਂ GS ਦੇ ਵਿੱਚ uh, what do we find ਇਹਦੇ ਵਿੱਚ ਪੋਲਿਟੀ ਦੇ ਉੱਤੇ ਕੁਐਸਚਨ ਨੇ ਪੋਲਿਟੀ ਜਿਵੇਂ VOTING ਇਹਦੇ ਉੱਤੇ ਕੁਐਸਚਨ ਆਇਆ VOTING एज ਰਿਡਿਊਸ ਕੀਤੀ ਗਈ ਸੀਗੀ 21 ਤੋਂ uh, 18 ਬਾਏ ਦਾ 64th ਫਰਸਟ ਅਮੈਂਡਮੈਂਟ ਇਸ ਤਰ੍ਹਾਂ ਦੇ ਕੁਸਚਨ ਜਿਹੜੇ ਸੀਗੇ ਪਾਏ ਗਏ ਨੇ ਥੈਨ ਇਕਨੋਮੀ ਦੇ ਕੁਸਚਨ ਹੈਗੇ ਨੇ ਬੈਂਕਿੰਗ ਦੇ ਕੁਸਚਨ ਹੈਗੇ ਨੇ CRR ਕੈਸ਼ ਰਿਜ਼ਰਵ ਰੇਸ਼ੋ ਠੀਕ ਹੈ ਇਸ ਦੀ ਫੁੱਲ ਫਾਰਮ ਵਗੈਰਾ ਕੀ ਹੈ ਇਸ ਤਰ੍ਹਾਂ ਦੇ CRR ਤੋਂ ਫਿਰ SLR ਵੀ ਪੁੱਛਿਆ ਜਾ ਸਕਦਾ ਤੁਹਾਡਾ ਤੋਂ SLR ਕੀ ਚੀਜ਼ ਹੁੰਦੀ ਹੈ ਅਗਲੇ ਪੇਪਰਾਂ ਦੇ ਵਿੱਚ ਫਿਰ ਪੰਜਾਬ ਹਿਸਟਰੀ ਤੋਂ ਕੁਸਚਨ ਪਾਏ ਗਏ ਨੇ ਜਿਵੇਂ ਮਿਊਜ਼ੀਕਲ ਇਨਸਟਰੂਮੈਂਟ ਹੈ ਤਾਉਸ ਤਾਉਸ ਜਿਹੜਾ ਸਿਗੁਰੂ ਹਰਗੋਬਿੰਦ ਸਾਹਿਬ ਨਾਲ ਗੁਰੂ ਹਰਗੋਬਿੰਦ ਜੀ ਨਾਲ ਰਿਲੇਟਡ ਹੈ ਦਿਲਰੁਬਾ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਹੈ ਐਰ ਇਸ ਤਰੀਕੇ ਨਾਲ ਜਿਹੜੇ ਸੀਗੇ ਪੰਜਾਬ ਹਿਸਟਰੀ ਦੇ ਉੱਤੇ ਵੀ ਤਿੰਨ ਚਾਰ ਕੁਐਸਚਨ ਜਿਹੜੇ ਸੀਗੇ ਉਹ ਪਾਏ ਗਏ ਨੇ ਥੈਨ ਅ ਅਸੀਂ ਇਹ ਦੇਖਦੇ ਹਾਂ ਕਿ ਅ ਅ ਇੰਟਰਨੈਸ਼ਨਲ ਸਪੋਰਟਸ ਅਵਾਰਡ ਉਹਦੇ ਉੱਤੇ ਵੀ ਕੁਐਸਚਨ ਹੈਗੇ ਨੇ that is ਜਿਵੇਂ ਇੰਟਰਨੈਸ਼ਨਲ ਫੁੱਟਬਾਲ ਫੈਡਰੇਸ਼ਨ ਜਿਹੜੀ ਹੈਗੀ ਐ ਕ੍ਰਿਸਟਿਆਨੋ ਰੋਨਾਲਡੋ ਨੂੰ ਅਵਾਰਡ ਮਿਲਿਆ ਹੋਇਆ ਉਸ ਚੀਜ਼ ਦੇ ਉੱਤੇ ਕੁਐਸਚਨ ਪਾਏ ਹੋਏ ਨੇ ਸੋ ਓਵਰਆਲ ਜਿਹੜਾ ਸੀਗਾ ਪੇਪਰ ਕੋਈ ਬਹੁਤਾ ਔਖਾ ਨਹੀਂ ਸੀਗਾ ਪੇਪਰ ਈਜ਼ੀ ਸੀਗਾ ਇਹ ਇਮੀਡੀਏਟ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਤੁਹਾਡਾ ਨਾਲ ਸਾਂਝੀ ਕਰ ਰਿਹਾ ਹਾਂ ਮੈਂ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਦੇ ਕੁਐਸਚਨ ਤੁਹਾਡੇ ਕੋਲ ਪੰਜ ਆਏ ਨੇ ਸੈਂਟੈਂਸ ਵੀ ਦਿੱਤੇ ਗਏ ਨੇ ਤੇ ਵਰਡ ਵੀ ਦਿੱਤੇ ਗਏ ਨੇ ਦੋਨੋਂ ਚੀਜ਼ਾਂ ਦਿੱਤੀਆਂ ਗਈਆਂ ਨੇ ਆਪਸ਼ਨ ਦਿੱਤੇਆਂ ਗਈਆਂ ਤੁਹਾਨੂੰ ਉਹਨਾਂ ਆਪਸ਼ਨਾਂ ਦੇ ਵਿੱਚੋਂ ਤੁਸੀਂ ਰਾਈਟ ਆਪਸ਼ਨ ਜਿਹੜੀ ਸੀ ਉਹ ਪਿਕ ਕਰਨੀ ਹੈ ਕੰਪਰੀਹੈਂਸ਼ਨ ਦੇ ਕੁਐਸਚਨ ਵੀ ਜਿਹੜੇ ਸੀਗੇ ਇਹਦੇ ਵਿੱਚ ਆਏ ਹੋਏ ਨੇ ਫਿਰ ਮੁਹਾਵਰੇ ਤੇ 부ਝਾਰਤਾਂ 부ਝਾਰਤਾਂ ਪਹਿਲੀ ਵਾਰ ਦੇਖਿਆ ਨੇ ਪਰ 부ਝਾਰਤਾਂ ਵੀ ਪੇਪਰ ਦੇ ਵਿੱਚ ਆਈਆਂ ਨੇ ਫਿਰ ਅ ਸ਼ੁੱਧ ਅਸ਼ੁੱਧ ਉਹ ਵੀ ਕਿ ਅੱਖਰ ਜਿਹੜੇ ਸੀਗੇ ਤੁਹਾਨੂੰ ਗਲਤ ਤਰੀਕੇ ਨਾਲ ਪਾਏ ਹੋਣਗੇ ਜਾਂ ਉਹਨਾਂ ਦੀ ਸਪੈਲਿੰਗ ਗਲਤ ਹੋਣਗੇ ਉਹਨਾਂ ਨੂੰ ਠੀਕ ਕਰਨਾ ਹੈ ਮਿਸ਼ਰਤ ਵਾਕ ਜੈਸੀ ਕਿ ਇਸ ਤਰੀਕੇ ਦੇ ਕੁਐਸਚਨ ਅੱਜ ਦੇ ਪੇਪਰ ਦੇ ਵਿੱਚ ਪਾਏ ਗਏ ਨੇ ਸੋ ਥਿਸ ਇਜ਼ ਦਾ ਓਵਰਆਲ ਸਿਨੈਰੀਓ ਕਿ ਪੇਪਰ ਕਿਸ ਤਰੀਕੇ ਦਾ ਆ ਰਿਹਾ ਹੈ ਅਕੋਰਡਿੰਗਲੀ ਇਹ ਨਾ ਸੋਚੋ ਕਿ ਸਿਰਫ ਹੁਣ ਇਸੇ ਚੀਜ਼ ਦੀ ਤਿਆਰੀ ਕਰਨੀ ਹੈ ਪੇਪਰ ਅਸੀਂ ਦੇਖ ਰਹੇ ਹਾਂ ਕਿ ਜਦੋਂ TCS ਪੇਪਰ ਲੈ ਰਹੇ ਹੈ ਔਰ ਉਹਨੂੰ ਪਤਾ ਹੈ ਕਿ ਅਸੀਂ ਕਿੰਨੀਆਂ ਸ਼ਿਫਟਾਂ ਦੇ ਪੇਪਰ ਲੈ ਰਹੇ ਆ ਉਸਨੇ ਹੁਣ ਐਸਾ ਸੀ ਦੇਖ ਰਿਹਾ ਕਿ ਸਪੀਡ ਟਾਈਮ ਐਂਡ ਡਿਸਟੈਂਸ ਦੇ ਵਿੱਚ ਇੱਕ ਹੀ ਕੁਐਸਚਨ ਪਾਇਆ ਅਗਲੇ ਪੇਪਰ 'ਚ ਉਹ ਚਾਰ ਕੁਐਸਚਨ ਵੀ ਪਾਸ ਆ ਸਕਦਾ ਹੈ। that is a possibility। ਠੀਕ ਹੈ ਜੀ ਇਸ ਵੇਲੇ ਉਹਨੇ ਮੈਨਸੂਰੇਸ਼ਨ ਦੇ 5-6 ਕੁਐਸਚਨ ਪਾਇਆ ਅਗਲੇ ਪੇਪਰ 'ਚ 2 ਵੀ ਪਾਸ ਆ ਸਕਦਾ ਉਹ ਕਿਸੇ ਹੋਰ ਸੈਕਸ਼ਨ ਦੇ ਵਿੱਚ ਉਹ ਜ਼ਿਆਦਾ ਕੁਐਸਚਨ ਵਧਾ ਸਕਦਾ ਹੈ। ਔਰ ਸਿਮਿਲਰਲੀ ਜੀਐਸ ਦੇ ਵਿੱਚ ਉਹਨੇ ਹਿਸਟਰੀ ਦੇ ਕੁਐਸਚਨ ਘੱਟ ਪੁੱਛੇ ਨੇ ਉਹ ਹੋਰ ਵਧਾ ਸਕਦਾ ਹੈ। ਪਾਲਿਟੀ ਦੇ ਕੁਐਸਚਨ ਜਿਹੜੇ ਸੀਗੇ ਕੋਈ ਬਹੁਤ ਜ਼ਿਆਦਾ ਨਹੀਂ ਪੁੱਛੇ ਉਹ ਵੀ ਵਧਾ ਸਕਦਾ ਹੈ। ਸੋ ਇਸ ਤਰੀਕੇ ਨਾਲ ਕਰੰਟ ਅਫੇਅਰ ਦੇ ਕੁਸਚਨ ਕੋਈ ਜ਼ਿਆਦਾ ਨਹੀਂ ਆਏ ਉਹ ਹੁਣ ਵਧਾਏ ਜਾ ਸਕਦੇ ਨੇ ਤਾਂ ਕੋਈ ਚੀਜ਼ ਛੱਡ ਕੇ ਨਹੀਂ ਜਾਣੀ ਮੇਰਾ ਤੁਹਾਨੂੰ ਦੱਸਣ ਦਾ ਮਤਲਬ ਸਿਰਫ ਇੰਨਾ ਕੀ ਹੈ ਕਿ ਤੁਹਾਨੂੰ ਪਤਾ ਹੋਵੇ ਕਿ ਪੇਪਰ ਕਿਸ ਫਾਰਮੈਟ ਦੇ ਵਿੱਚ ਆ ਰਿਹਾ ਹੈ ਇਸੀ ਦਾ ਥੋੜਾ ਜਿਹਾ ਗਿਆਨ ਹੋ ਜਾਣਾ ਚਾਹੀਦਾ ਹੈ ਪੰਜਾਬੀ ਮਨ ਲੱਗਦਾ ਹੈ ਕਿ ਆਲਮੋਸਟ ਤੁਹਾਨੂੰ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਆਂਦੀ ਹੋਏਗੀ ਉਹਨੂੰ ਚੰਗੇ ਤਰੀਕੇ ਨਾਲ ਅਟੈਂਪਟ ਕਰ ਲੋ ਨੰਬਰ ਉਹਦੇ ਚ ਆਪਾਂ ਪੂਰੇ ਲੈਣੇ ਨੇ ਤਾਂ ਕਿ ਸਾਡੀ ਮੈਰਿਜ ਜਿਹੜੀ ਸੀਗੀ ਉਹ ਚੰਗੀ ਬਣ ਸਕੇ ਓਵਰ ਆਲ ਫਿਰ ਦੁਬਾਰਾ ਕਹਿ ਰਿਹਾ ਹਾਂ ਨਾਰਮਲਾਈਜੇਸ਼ਨ ਹੋਣੀ ਹੈ ਪੇਪਰ ਦੇ ਲਾਸਟ ਵਿੱਚ ਜਾ ਕੇ ਔਰ ਨਾਰਮਲਾਈਜੇਸ਼ਨ ਦਾ ਫਾਰਮੂਲਾ ਮੈਂ ਤੁਹਾਡਾ ਪਹਿਲਾਂ ਡਿਸਕਸ ਵੀ ਕਰ ਚੁੱਕਿਆ ਇੱਕ ਵਾਰ ਫਿਰ ਜਦੋਂ ਪੇਪਰ ਖਤਮ ਹੋ ਜਾਣਗੇ ਉਸ ਤੋਂ ਬਾਅਦ ਫਿਰ ਆਪਾਂ ਦੇਖ ਲਾਂਗੇ ਕਿ ਕੀ ਨਾਰਮਲਾਈਜੇਸ਼ਨ ਹੁੰਦੀ ਹੈ ਤੇ ਦੁਬਾਰਾ ਉਹਦਾ ਕੀ ਇੰਪੈਕਟ ਪੈ ਸਕਦਾ ਹੈ that is for the later stage ਪਰ ਅੱਜ ਦਾ ਪਹਿਲਾ ਪੇਪਰ ਸਬ ਇੰਸਪੈਕਟਰ ਦਾ ਹੋਇਆ ਉਹ ਮੈਂ ਤੁਹਾਡਾ ਸ਼ੇਅਰ ਕਰ ਰਿਹਾ ਜਿਵੇਂ ਜਿਵੇਂ ਹੋਰ ਇਨਫੋਰਮੇਸ਼ਨ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਥੈਂਕ ਯੂ